ਪਿੰਡ ਵਾਲੇ ਆਉਣ ਡਈ ਆ। ਸਾਨੂੰ ਚੜ੍ਹਦੇ ਪਾਸੇ ਨਿਕਲ ਜਾਣਾ ਚਾਹੀਦਾ ਹੈ। ਤੁਸੀਂ ਇੱਥੋਂ ਨਿਕਲਣ ਵਾਲੀ ਗੱਲ ਕਰੋ। ਅਸਲਾਮ ਅਲੈਕੁਮ ਨਾਜ਼ਰੀਨ, ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਲਓ ਮੇਰਾ YouTube ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਯੂਸਫ ਖਾਨ ਦੀਆਂ ਪੰਜ ਬੜੀ ਬਿਹਤਰੀਨ ਫਿਲਮਾਂ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਹੇ ਹਾਂ ਤੇ ਪਹਿਲੀ ਫਿਲਮ ਜਿਹੜੀ ਲੈ ਕੇ ਹਾਜ਼ਰ ਹੋ ਰਿਹਾ ਉਸ ਫਿਲਮ ਦਾ ਨਾਂ ਹੈ ਧਰਤੀ ਲਹੂ ਮੰਗਦੀ। 7 ਜਨਵਰੀ 1977 ਬਰੋਜ਼ ਜਿਮਾ ਰਿਲੀਜ਼ ਹੋਣ ਵਾਲੀ ਇੱਕ ਬਲੈਕ ਐਂਡ ਵਾਈਟ ਪੰਜਾਬੀ ਫਿਲਮ ਧਰਤੀ ਲਹੂ ਮੰਗਦੀ। ਇਸ ਫਿਲਮ ਦਾ ਜਿਹੜਾ ਮੌਜੂ ਹੈ, ਇਹ ਜਿਹੜੇ ਮੁਜਾਹਿਦ ਲੜਦੇ ਸਨ ਅੰਗਰੇਜ਼ਾਂ ਦੇ ਖਿਲਾਫ ਜਦੋਂ ਉਹਨਾਂ ਦਾ ਬਰੇ ਸਗੀਰ 'ਤੇ ਕਬਜ਼ਾ ਸੀ, ਉਸ ਤੋਂ ਮੌਜੂ ਬੁਲਾ ਕੇ ਇਹ ਫਿਲਮ ਨੂੰ ਬੁਲਾਇਆ ਗਿਆ। ਇਸ ਫਿਲਮ ਦੇ ਅਦਾਕਾਰ ਹਨ ਯੂਸਫ ਖਾਨ, ਦੀਬਾ, ਆਸੀਆ, ਇਕਬਾਲ ਹਸਨ, ਰੋਜ਼ੀਨਾ, ਅਦੀਬ, ਬਹਾਰ ਅਤੇ ਸਿਕੰਦਰ। ਹਦਾਇਤ ਮੁਜ਼ੱਫਰ ਤਾਇਰ, ਦਿਲਸਾਜ ਚੌਧਰੀ, ਮੁਹੰਮਦ ਸਦੀਕ, ਇਹਦੇ ਲਿਖਾਰੀਨ ਸਿਕੰਦਰ ਅਤੇ ਮਿਊਜ਼ਿਕ ਦਿੱਤਾ ਹੈ ਨਜ਼ੀਰ ਅਲੀ ਨੇ। ਇਹਦੇ ਸ਼ਾਇਰ ਹਨ ਵਾਰਸ ਲੁਧਿਆਨਵੀ, ਗੁਲੂਕਾਰਾ ਨੂਰ ਜਹਾਂ, ਮਾਲਾ। ਆਓ ਵੇਖੋ ਸਾਹਿਬ ਜੀ, ਅੰਮ੍ਰਿਤ ਦੀ ਮੰਗੇਤਰ ਤੇ ਸ਼ੇਰੇ ਦੀ ਮਾਂ। ਹੈਂਡਸ ਅਪ। ਮੈਨਾਜ਼ ਨਜ਼ੀਰ ਬੇਗਮ। ਇਸ ਫਿਲਮ ਵਿੱਚ ਅਦਾਕਾਰ ਯੂਸਫ ਖਾਨ ਨੇ ਸ਼ੇਰੇ ਦਾ ਕਿਰਦਾਰ ਅਦਾ ਕੀਤਾ ਹੈ ਔਰ ਹਸਬੇ ਮਾਮੂਲ ਜਿਹੜੀ ਬਹਾਰ ਬੇਗਮ ਹੈ ਉਹਨੇ ਯੂਸਫ ਖਾਨ ਦੀ ਮਾਂ ਦਾ ਕਿਰਦਾਰ ਅਦਾ ਕੀਤਾ ਹੈ। ਯੂਸਫ ਖਾਨ ਦੀ ਬੜੀ ਹੀ ਬਿਹਤਰੀਨ ਫਿਲਮ ਹੈ ਔਰ ਇਹ ਫਿਲਮ ਯੂਟਿਊਬ 'ਤੇ ਮੌਜੂਦ ਨਹੀਂ ਹੈ। ਆਪਣੇ ਦੌਰ ਦੀ ਸੁਪਰ ਦੁਪਰ ਹਿੱਟ ਫਿਲਮ ਹੈ। ਇਹਦਾ ਮਿਊਜ਼ਿਕ ਬੜਾ ਸ਼ਾਨਦਾਰ ਹੈ, ਕਹਾਣੀ ਉਹ ਵੀ ਬਹੁਤ ਸ਼ਾਨਦਾਰ ਹੈ ਔਰ ਯੂਸਫ ਖਾਨ ਨੇ ਬੜਾ ਬਿਹਤਰੀਨ ਕੰਮ ਕੀਤਾ ਹੈ। ਔਰ ਦੂਜੀ ਜਿਹੜੀ ਫਿਲਮ ਲੈ ਕੇ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ, ਉਸ ਫਿਲਮ ਦਾ ਨਾਂ ਹੈ ਬਰਕਤ ਮਜੀਠਾ। 12 ਸਤੰਬਰ 1980 ਬਰੋਜ਼ਿਮਾ ਰਿਲੀਜ਼ ਹੋਣ ਵਾਲੀ ਇੱਕ ਪੰਜਾਬੀ ਫਿਲਮ ਬਰਕਤ ਮਜੀਠਾ। ਇਸ ਫਿਲਮ ਦਾ ਜਿਹੜਾ ਟਾਈਟਲ ਰੋਲ ਹੈ ਅਦਾਕਾਰ ਯੂਸਫ ਖਾਨ ਨੇ ਅਦਾ ਕੀਤਾ ਹੈ ਅਤੇ ਅਫਜ਼ਾਲ ਅਹਿਮਦ ਨੇ ਇਸ ਫਿਲਮ ਦੇ ਅੰਦਰ ਸਿੱਖ ਦਾ ਰੋਲ ਅਦਾ ਕੀਤਾ ਹੈ। ਔਰ ਇਹ ਫਿਲਮ ਹੀ ਜਿਹੜੀ ਹੈ ਇਹ ਆਜ਼ਾਦੀ ਦੇ ਮੌਜੂ 'ਤੇ ਬਣਾਈ ਗਈ ਬੜੀ ਹੀ ਬਿਹਤਰੀਨ ਫਿਲਮ ਹੈ ਔਰ ਅਫਜ਼ਾਲ ਅਹਿਮਦ ਔਰ ਯੂਸਫ ਖਾਨ ਨੇ ਬੜਾ ਅੱਛਾ ਕੰਮ ਕੀਤਾ ਹੈ। ਇਸ ਫਿਲਮ ਦੇ ਅਦਾਕਾਰ ਹਨ ਯੂਸਫ ਖਾਨ, ਇਸ਼ਰਤ ਚੌਧਰੀ, ਮਸਰ ਸ਼ਾਹੀਨ, ਅਦੀਬ ਅਫਜ਼ਾਲ ਅਹਿਮਦ ਅਤੇ ਸਾਮਨ। ਹਦਾਇਤ ਹਫੀਜ਼ ਅਹਿਮਦ, ਫਿਲਮ ਸਾਜ਼ ਹਫੀਜ਼ ਅਹਿਮਦ। ਔਰ ਤੀਜੀ ਜਿਹੜੀ ਫਿਲਮ ਲੈ ਕੇ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ, ਉਸ ਫਿਲਮ ਦਾ ਨਾਂ ਹੈ ਉਮਰ ਮੁਖਤਾਰ। 27 ਜੂਨ 1997 ਬਰੋਜ਼ ਜਿਮਾ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਉਰਦੂ ਫਿਲਮ ਉਮਰ ਮੁਖਤਾਰ। ਇਸ ਫਿਲਮ ਦਾ ਟਾਈਟਲ ਰੋਲ ਵੀ ਅਦਾਕਾਰ ਯੂਸਫ ਖਾਨ ਨੇ ਅਦਾ ਕੀਤਾ ਹੈ ਅਤੇ ਇਸ ਫਿਲਮ ਦੇ ਅਦਾਕਾਰ ਹਨ ਯੂਸਫ ਖਾਨ, ਨਦੀਮ, ਸਹਿਮਾ, ਅਰਬਾਜ਼ ਖਾਨ, ਰੀਮਾ ਅਤੇ ਗੁਲਾਮ ਮਯੂਦੀਨ। ਹਦਾਇਤਕਾਰ ਹਸਨੈਨ, ਫਿਲਮ ਸਾਜ਼ ਮੁਹੰਮਦ ਯੂਸਫ, ਮਿਊਜ਼ਿਕ ਦਿੱਤਾ ਹੈ ਜ਼ੁਲਫਕਾਰ ਅਲੀ ਨੇ ਅਤੇ ਇਹਦਾ ਗੁਲੂਕਾਰ ਅਨਵਰ ਰਫੀ। ਔਰ ਚੌਥੀ ਫਿਲਮ ਜਿਹੜੀ ਲੈ ਕੇ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ, ਉਸ ਫਿਲਮ ਦਾ ਨਾਂ ਹੈ ਹਾਕੂ। 7 ਫਰਵਰੀ 1975 ਬਰੋਜ਼ ਜਿਮਾ ਰਿਲੀਜ਼ ਹੋਣ ਵਾਲੀ ਇੱਕ ਬਲੈਕ ਐਂਡ ਵਾਈਟ ਪੰਜਾਬੀ ਫਿਲਮ। ਔਰ ਇਹ ਬੜੀ ਹੀ ਜ਼ਬਰਦਸਤ ਫਿਲਮ ਹੈ ਔਰ ਇਸ ਫਿਲਮ ਦੇ ਅੰਦਰ ਯੂਸਫ ਖਾਨ ਨੇ ਬਤੌਰ ਹੀਰੋ ਬੜਾ ਹੀ ਜ਼ਬਰਦਸਤ ਕੰਮ ਕੀਤਾ ਹੈ। ਔਰ ਇਸ ਫਿਲਮ ਦਾ ਜਿਹੜਾ ਮੌਜੂ ਹੈ ਉਹ ਇਲਾਕਾਈ ਸਿਆਸਤ ਸੀ, ਜਿਹੜੀ ਕਿ ਛੋਟੀ ਮੋਟੀ ਇਲਾਕੇ ਤੁਸੀਂ ਪਤਾ ਹੈ ਸਿਆਸਤ ਹੁੰਦੀ ਹੈ, ਉਸ ਨੂੰ ਮੌਜੂ ਬਣਾ ਕੇ ਇਸ ਫਿਲਮ ਨੂੰ ਬੁਲਾਇਆ ਗਿਆ। ਇਸ ਫਿਲਮ ਨੂੰ ਤਸਕੀਨ ਪਿਕਚਰ ਨੇ ਰਿਲੀਜ਼ ਕੀਤਾ ਹੈ ਅਤੇ ਇਸ ਫਿਲਮ ਦੇ ਅਦਾਕਾਰ ਹਨ ਯੂਸਫ, ਆਸੀਆ, ਰੋਜ਼ੀਨਾ, ਇਕਬਾਲ ਹਸਨ, ਅਲਿਆਸ ਕਸ਼ਮੀਰੀ, ਬਹਾਰ, ਫਾਜ਼ਲ ਭੱਟ, ਖਾਲਦ ਅਬਾਸ ਡਾਰ, ਸ਼ਾਹਿਦਾ ਅਤੇ ਇਸ਼ਰਤ ਚੌਧਰੀ। ਹਦਾਇਤ AH ਜ਼ਾਇਦ, ਫਿਲਮ ਸਾਜ਼ AH ਜ਼ਾਇਦ, ਮਿਊਜ਼ਿਕ ਵਜਾਹਤ ਅਤਰੇ, ਸ਼ਾਇਰ ਵਾਰਸ ਲੁਧਿਆਨਵੀ, ਗੁਲੂਕਾਰ ਨੂਰਜਹਾਨ, ਮਾਲਾ, ਤਸੱਵਰ ਖਾਨਮ, ਅਫਸ਼ਾਂ ਅਤੇ ਮਸੂਦ ਰਾਣਾ। ਔਰ ਪੰਜਵੀਂ ਜਿਹੜੀ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਹੀ, ਇਸ ਫਿਲਮ ਦਾ ਨਾਂ ਇੱਕ ਮਿੱਟੀ ਇੱਕ ਸੋਨਾ। ਇਸ ਫਿਲਮ ਦਾ ਇੱਕ ਗਾਣਾ ਬੜਾ ਹੀ ਮਸ਼ਹੂਰ ਹੋਇਆ ਜਿਹੜਾ ਕਿ ਮਹਿਦੀ ਹਸਨ ਔਰ ਨੂਰਜਹਾਨ ਦੀ ਆਵਾਜ਼ ਹੀ ਸੀ, ਅੱਜ ਤੁਸੀਂ ਗਏ ਮਿਲ ਸਾਡਾ ਹਾਰ ਗਿਆ ਦਿਲ।
ਆਪਣੇ ਦੌਰ ਦੀ ਬੜੀ ਹੀ ਜ਼ਬਰਦਸਤ ਫਿਲਮ ਹੈ ਔਰ ਇਸ ਫਿਲਮ ਦੇ ਅੰਦਰ ਯੂਸਫ ਖਾਨ ਅਤੇ ਏਜਾਜ਼ ਨੇ ਬੜਾ ਹੀ ਸ਼ਾਨਦਾਰ ਕੰਮ ਕੀਤਾ ਹੈ। ਇਸ ਫਿਲਮ ਦੇ ਅਦਾਕਾਰ ਯੂਸਫ ਖਾਨ, ਏਜਾਜ਼, ਫਿਰਦੋਸ, ਆਲੀਆ, ਜ਼ੀਨਤ, ਸੁਲਤਾਨ ਰਈ, ਸਲਮਾ ਮੁਮਤਾਜ਼, ਜ਼ੁਲਫੀ, ਰਜ਼ੀਆ, ਖਲੀਫਾ ਨਜ਼ੀਰ ਅਤੇ ਮੁਸਤਫਾ ਟਿੰਡ। ਇਸ ਫਿਲਮ ਨੂੰ ਮਾਨੂਰ ਪਿਕਚਰ ਨੇ ਰਿਲੀਜ਼ ਕੀਤਾ ਸੀ। ਇਸ ਫਿਲਮ ਦੇ ਦਾਇਤ ਕਾਰਨ ਰਸ਼ੀਦ ਅਸਗਰ, ਫਿਲਮਸਾਜ਼ ਮਸੂਦ ਅਹਿਮਦ ਅਤੇ ਮਹਿਬੂਬ ਖਾਨ, ਇਹਦੇ ਲਿਖਾਰੀਨ ਚੌਧਰੀ ਸ਼ਮਸ਼ਾਦ ਅਲੀ, ਮਿਊਜ਼ਿਕ ਐਮ ਜਾਵੇਦ, ਸ਼ਾਇਰ ਖਵਾਜਾ ਪਰੇਜ਼, ਗੁਲੂਕਾਰ ਨੂਰ ਜਹਾਨ, ਰੂਨਾ ਲੈਲਾ, ਮਨੀਰ ਹੁਸੈਨ, ਮਹਿਦੀ ਹਸਨ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।